ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜਿਹੜੀ ਫੁਕਰਤਲ ਰੱਖੀ ਆ ਇਹ ਜੋ ਕਿ ਸੁਲਤਾਨਪੁਰ ਲੋਧੀ ਸ਼ਹਿਰ ਹੈ, ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਧਰਤੀ ਆ। ਗੁਰੂ ਨਾਨਕ ਸਾਹਿਬ ਨੇ ਇਸ ਧਰਤੀ 'ਤੇ ਬੜੀਆਂ ਲੰਮੀਆਂ ਸੇਵਾਵਾਂ ਦਿੱਤੀਆਂ ਅਤੇ ਜੋ ਕਿ ਇੱਥੇ ਹੀ ਗੁਰਬਾਣੀ ਉਚਾਰਨ ਕੀਤੀ, ਇੱਕ ਓਂਕਾਰ ਤੋਂ ਲੈ ਕੇ ਸਾਰੀਆਂ ਉਦਾਸੀਆਂ ਇੱਥੇ ਕੀਤੀਆਂ। ਜੋ ਵੀ ਗੁਰੂ ਸਾਹਿਬ ਨੇ ਇੱਥੋਂ ਸਿਰ ਕੌਮ ਨੂੰ ਜੇ ਇੱਥੇ 13-13 ਦੁਨੀਆਂ ਹੱਟ ਚਲਾਇਆ ਅਤੇ ਕਿਰਤ ਕਰਨੀ ਅਤੇ ਇੱਥੇ ਧਰਤੀ 'ਚ ਕੀਤੀ ਗੁਰੂ ਨਾਨਕ ਸਾਹਿਬ ਨੇ, ਜੋ ਕਿ ਇਹ ਸਭ ਤੋਂ ਪਵਿੱਤਰ ਧਰਤੀ ਸਿੱਖ ਕੌਮ ਦੀ ਮੰਨੀ ਗਈ ਆ। ਅਤੇ ਇੱਥੇ ਗੁਰੂ ਨਾਨਕ ਸਾਹਿਬ ਨੇ ਬੁਰਾਈਆਂ ਦੇ ਸਾਰੀ ਦੁਨੀਆਂ 'ਚ ਚੱਕਰ ਲਾ ਕੇ ਮਨੁੱਖਤਾ ਨੂੰ ਬੁਰਾਈਆਂ 'ਚੋਂ ਕੱਢ ਕੇ ਅਤੇ ਸੱਚਾਈ ਨਾਲ ਜੋੜਿਆ, ਪਰਮਾਤਮਾ ਨਾਲ ਜੋੜਿਆ, ਗੁਰੂ ਵਾਹਿਗੁਰੂ ਨਾਲ ਜੋੜਿਆ। ਫਿਰ ਜਿਹੜੀ ਗੁਰੂ ਨਾਨਕ ਸਾਹਿਬ ਧਰਤੀ ਆ, ਇਸ ਧਰਤੀ 'ਤੇ ਸ਼ਰਾਬ, ਤੰਬਾਕੂ, ਹੋਰ ਕਬਾਬ, ਮੀਟ ਸ਼ਰੇਆਮ ਵਿਕ ਰਿਹਾ ਹੈ। 550 ਸਾਲਾਂ ਮਨਾਇਆ ਸੀਗਾ, ਉਦੋਂ ਪਹਿਲੋਂ ਅਸੀਂ ਬੜੇ ਯਤਨ ਕੀਤੇ, ਧਰਨੇ ਲਾ ਕੇ ਵੇਖੇ, ਮੰਗ ਪੱਤਰ ਦੇ ਕੇ ਵੇਖੇ, ਸਾਰਾ ਕੁਝ ਕਰਕੇ ਦੇਖਿਆ, ਪਰ ਇਹ ਠੇਕੇ ਜੰਦਰੇ ਲਾ ਕੇ ਦੋ ਦਿਨ ਇਹਨਾਂ ਅੰਦਰ ਸ਼ਰਾਬ ਵੇਚੀ ਗਏ, ਬਾਹਰ ਇਹਨਾਂ ਜੰਦਰੇ ਲਾ ਹੱਡੇ ਅਤੇ ਉਦੋਂ ਪੰਦੇ ਪਾ ਕੇ ਇਹਨਾਂ ਸ਼ਰਾਬ ਵੇਚੀ ਗਏ। ਉਦੋਂ ਜਦੋਂ 550 ਚੱਲ ਰਿਹਾ ਸੀ, ਫਿਰ ਉਦੋਂ ਮੈਂ ਕੋਈ ਅਸੀਂ ਗੱਲ ਨਹੀਂ ਕੀਤੀ। ਹੁਣ ਇਸ ਕਰਕੇ ਗੱਲ ਕਰੀਏ ਵੀ ਇੱਕ ਜਿੱਥੇ ਮੈਂ ਵਿਚਾਰ ਕੀਤੀ ਸੀ ਵੀ ਆਪਾਂ ਇਹਨਾਂ ਠੇਕਿਆਂ ਨੂੰ ਅੱਗ ਲਾਈਏ ਜਾਂ ਇਹਨਾਂ ਨਾਲ ਬੰਦ ਕਰੀਏ, ਅਸੀਂ ਸੋਚਿਆ ਵੀ ਮੈਂ ਕਿਹਾ ਵੀ ਜੇ ਅੱਗ ਲਾਉਣੇ ਇਹ ਕੰਮ ਕਰਨੇ, ਸਿੱਖ ਜਿੱਥੇ ਬੰਦੇ ਪਰਚੇ ਦਰਜ ਕਰਨ ਦੇ ਪ੍ਰਸ਼ਾਸਨ ਇੱਕ ਮਿੰਟ ਲਾਉਂਦਾ ਜੀ। ਇਸ ਕਰਕੇ ਹੁਣ ਬਾਅਦ 'ਚ ਉਹਨਾਂ ਇੱਕ ਯਾਦ ਪੱਤਰ ਦੇ ਕੇ ਦਿੱਤਾ ਸੀਗਾ ਵੀ ਜੇ ਤੁਸੀਂ ਆਪਣੇ ਕਿਹੜੇ ਵਾਅਦੇ ਕੀਤੇ ਹੋਏ ਆ, ਮਤਲਬ ਤੁਸੀਂ ਮਤੇ ਪਾਏ ਹੋਏ ਨੇ ਸਰਕਾਰ ਨੇ 2006 ਦਾ, 2016 ਦਾ, ਹੁਣ ਵੀ ਕੈਪਟਨ ਸਾਹਿਬ ਇੱਥੇ ਆਣ ਕੇ ਹੱਥ ਖੜ੍ਹੇ ਕਰ ਗਿਆ ਵੀ ਇਹ ਪਵਿੱਤਰ ਸ਼ਹਿਰ ਆ। ਉੱਥੇ ਨਾ ਆਪਦੇ ਚੰਡੀਗੜ੍ਹ ਪਾਰਲੀਮੈਂਟ ਵੀ ਉੱਥੇ ਨੇ ਕਿਹਾ ਪਵਿੱਤਰ ਸ਼ਹਿਰ ਆ ਸੁਲਤਾਨਪੁਰ ਲੋਧੀ। ਫਿਰ ਇਹ ਪਵਿੱਤਰ ਸ਼ਹਿਰ ਕਿਸ ਲਈ ਹੈ? ਪਵਿੱਤਰ ਸ਼ਹਿਰ ਕਿਹੜੀਆਂ ਮਾੜੀਆਂ ਚੀਜ਼ਾਂ ਸਮਾਜ ਨੂੰ ਖਰਾਬ ਕਰਦੀਆਂ, ਉਹ ਤਾਂ ਇੱਥੇ ਵਿਕ ਰਹੀਆਂ ਨੇ, ਸਾਰਾ ਪੰਜਾਬ ਨਸ਼ੇ 'ਚ ਆ ਕੇ ਸੜਿਆ ਹੈ। ਇਸ ਕਰਕੇ ਹੁਣ ਭੁੱਖੜਤਾਲ ਦਾ ਰਸਤਾ ਚੁਣਿਆ ਵੀ ਇੱਥੇ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ, ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਕਰਨਗੇ ਮੈਂ ਇੱਥੇ ਰਹੂੰਗਾ, ਇੱਥੇ ਬੈਠਾ ਰਹੂੰਗਾ, ਨਾ ਕੋਈ ਮੈਂ ਪਾਸੇ ਰੋਡ ਜਾਮ ਕਰਨਾ, ਨਾ ਇਹੋ ਜਿਹਾ ਕੁਛ ਨਹੀਂ ਕਰਨਾ। ਆਪਣੇ ਪ੍ਰਾਣ ਇੱਥੇ ਗੁਰੂ ਨਾਨਕ ਦੇ ਘਰ ਰੱਖੇ ਅਤੇ ਆ ਕੇ ਗੁਰੂ ਨਾਨਕ ਨੂੰ ਦੱਸ ਦਾਂਗੇ ਅਸੀਂ ਆਪਣੇ ਪ੍ਰਾਣਾਂ ਦੀ ਕਿਹੜੀ ਬਲੀ ਦੇਤੀ ਹੈ, ਪਿੱਛੇ ਸਿੱਖੋਂ ਬੈਠੀ ਹੈ, ਖਾਲਸਾ ਪੰਥ ਬੈਠਾ ਹੈ। ਮੇਰੇ ਤੋਂ ਮਗਰ ਜੋ ਖਾਲਸਾ ਪੰਥ ਆਪਣਾ ਫੈਸਲਾ ਕਰੂਗਾ, ਖਾਲਸਾ ਪੰਥ ਲਊਗਾ। ਮੈਂ ਇਹ ਵੀ ਕਹਿ ਚੁੱਕਾ ਕਿ ਜਿਹੜੇ ਮੇਰੀ ਡੈੱਡ ਬੋਡੀ ਹੋਊਗੀ ਉਹ ਖਾਲਸਾ ਪੰਥ, ਮੈਂ ਪਹਿਲੋਂ ਰਫੀਆ ਬਿਆਨ ਦੇ ਚੁੱਕਾ ਕਰਕੇ, ਉਹ ਖਾਲਸੇ ਪੰਥ ਦੀ ਵਿਰਾਸਤ ਹੋਊਗੀ। ਖਾਲਸਾ ਪੰਥ ਤੁਹਾਨੂੰ ਕਿੱਥੇ ਮਰਜ਼ੀ ਰੱਖੇ, ਚਾਹੇ ਉਹਨੂੰ ਧਰਨਾ ਲਾਵੇ, ਚਾਹੇ ਉਹਨੂੰ ਕੁਛ ਮਰਜ਼ੀ ਕਰੇ, ਕਿੰਨਾ ਚਿਰ ਮਰਜ਼ੀ ਇੱਥੇ ਮੇਰੀ ਡੈੱਡ ਬੋਡੀ ਰੱਖ ਸਕਦੇ, 6 ਮਹੀਨੇ ਰੱਖਣ, ਮਹੀਨਾ ਰੱਖਣ, ਜਦੋਂ ਮਸਲਾ ਹੱਲ ਹੋਵੇ ਉਹ ਮਗਰੋਂ ਪੰਥ ਦਾ ਫੈਸਲਾ ਜੋ ਕਿ ਉਹ ਪੰਥ ਨੇ ਕਰਨਾ। ਮੈਂ ਤਾਂ ਆਪਦਾ ਕਹਿ ਚੁੱਕਾ ਮੇਰੀ ਡੈੱਡ ਬੋਡੀ ਵਿੱਚ ਰੱਖ ਸਕਦੇ ਤੁਸੀਂ, ਪਰ ਮੈਂ ਇਸ ਕਰਕੇ ਇੱਥੇ ਬੈਠਾ ਵੀ ਕਿੰਨਾ ਚਿਰ ਇਹਨੂੰ ਪਵਿੱਤਰ ਸ਼ਹਿਰ ਦਰਜਾ ਨਹੀਂ ਮਿਲਦਾ, ਮੈਂ ਇੱਥੇ ਐਵੇਂ ਬੈਠਾ ਰਹੂੰਗਾ। ਜਦੋਂ ਸਵਾਦ ਖਤਮ ਹੋ ਗਏ ਉਦੋਂ ਬਾਅਦ ਖਾਲਸਾ ਪੰਥ ਜਾਣੇ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਖੁਸ਼ਾ ਜੀ, ਜਿਹੜਾ ਆਪਾਂ ਭੁੱਖ ਹੜਤਾਲ 'ਤੇ ਇਹਦੇ ਬਾਰੇ ਜਿਹੜਾ ਹੈਗਾ ਕੀ ਹੈਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆਪਾਂ ਸਾਰੇ ਗੁਰੂ ਨਾਨਕ ਮਾਮਲੇ ਵਾਸਤੇ ਸਿੱਖ ਸੰਗਤਾਂ ਜਾਣਦੀਆਂ ਕਿ ਗੁਰੂ ਨਾਨਕ ਸਾਹਿਬ ਦੀ ਧਰਤੀ ਦੇ ਨਾਲ ਧੋਖਾ ਕੀਤਾ ਗਿਆ। 2006 ਵਿੱਚ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਸੀ, ਪਰ ਜਨਤਾ ਨਾਲ ਅਤੇ ਸਰਕਾਰਾਂ ਧੋਖੇ ਅਕਸਰ ਕਰਦੀਆਂ ਰਹਿੰਦੀਆਂ ਨੇ, ਆਏ 5 ਸਾਲ ਲੁੱਟ ਹੁੰਦੀ ਆ, ਧੋਖੇ ਹੁੰਦੇ ਨੇ, ਪਰ ਗੁਰੂ ਨਗਰੀ ਨਾਲ ਧੋਖਾ ਹੁੰਦਾ ਪਹਿਲੀ ਵਾਰ ਵੇਖਿਆ। ਗੁਰੂ ਨਾਨਕ ਦੇ ਦਰਬਾਰ ਨਾਲ ਵੀ ਮੌਜੂਦਾ ਸਰਕਾਰ ਨੇ ਧੋਖਾ ਕੀਤਾ। ਇਸ ਧੋਖੇ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣ ਵਾਸਤੇ, ਦੱਸਣ ਵਾਸਤੇ ਮੀਡੀਆ ਨੇ ਬਹੁਤ ਵੱਡਾ ਸਾਡਾ ਸਹਿਯੋਗ ਦਿੱਤਾ। ਪਹਿਲਾਂ ਵੀ ਅਸੀਂ 30 ਮਾਰਚ ਨੂੰ ਵੀ 30 ਮਾਰਚ ਤੱਕ ਦੀ ਡੈਡਲਾਈਨ ਦਿੱਤੀ ਸੀ, ਉਹਦੇ ਵਿੱਚੋਂ ਕੁਦਰਤੀ ਆਫਤਾਂ ਆ ਗਈਆਂ, ਸਾਡੇ ਕੋਲ ਸਮਾਂ ਨਹੀਂ ਬਣਿਆ। ਪਰ ਪਿਛਲੇ 11 ਦਸੰਬਰ ਤੋਂ ਭਾਈ ਲਖਵੀਰ ਸਿੰਘ ਮਹਾਲਮ ਭੁੱਖ ਹੜਤਾਲ ਨਹੀਂ ਮੈਂ ਕਹੂੰਗਾ, ਅੱਜ ਮਰਨ ਵਰਤ ਵਿੱਚ ਤਬਦੀਲ ਹੋ ਗਿਆ, ਅੱਜ 7ਵਾਂ ਦਿਨ ਵਾ, ਕਿਉਂਕਿ ਇਹਨਾਂ ਦੀ ਜਿਹੜੀ ਸਿਹਤ ਵਾ ਉਹ ਚਿੰਤਾਜਨਕ ਹੋ ਗਈ ਆ। ਸ਼ੂਗਰ ਲੈਵਲ 52 ਹੈ ਕੱਲ ਰਾਤ ਦੀ ਰਿਪੋਰਟ ਜਿਹੜੀ ਹੈ ਡਾਕਟਰੀ, ਅਤੇ ਇਹ ਇੱਕ ਆਪਣੀ ਅਰਦਾਸ ਵੱਲ ਨੂੰ ਵੱਧ ਰਿਹਾ ਇਹਨਾਂ ਦਾ ਕਾਫਲਾ, ਕਿਉਂਕਿ ਭੁੱਖ ਹੜਤਾਲ ਕੋਈ ਸਿਆਸੀ ਸ਼ਗੂਫਾ ਨਹੀਂ ਗਾ, ਸਿਆਸੀ ਡਰਾਮਾ ਨਹੀਂ ਹੈਗਾ, ਇਹਦੇ ਵਿੱਚ ਇਕੱਲਾ ਪਾਣੀ ਪੀਤਾ ਜਾ ਰਿਹਾ, ਅਤੇ ਕਿੰਨੇ ਦਿਨ ਪਾਣੀ 'ਤੇ ਕੱਢਦੇ ਆ ਇਹ ਪਰਮਾਤਮਾ ਜਾਣਦਾ। ਅਤੇ ਬਾਕੀ ਅਸੀਂ ਤੁਹਾਡੇ ਮੀਡੀਆ ਰਾਹੀਂ ਇੱਕ ਸਰਕਾਰ ਨੂੰ, ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਵੀ ਜਿਹੜੀ ਉਹਨਾਂ ਨੇ ਸਾਨੂੰ ਡਾਕਟਰੀ ਚੈੱਕਅਪ ਦਿੱਤੀ ਅੱਜ ਤੱਕ, ਉਹਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਅਤੇ ਪਰ ਜਿਹੜੀ ਇਹ ਇੱਕ ਸਾਨੂੰ ਨਾ ਧੋਖੇ ਵਿੱਚ ਰੱਖ ਰਹੇ ਆ, ਅਤੇ ਸ਼ਾਇਦ ਹੋ ਸਕਦਾ ਆਪਣੇ ਅਫਸਰਾਂ ਨੂੰ ਦਿਖਾਉਂਦੇ ਹੋਣ ਕਿ ਅਸੀਂ ਮੈਡੀਕਲ ਟ੍ਰੀਟਮੈਂਟ ਦੇ ਰਹੇ ਹਾਂ। ਟ੍ਰੀਟਮੈਂਟ ਕੋਈ ਨਹੀਂ ਅਸੀਂ ਲਿਆ, ਅਸੀਂ ਇੱਕ ਕੋਈ ਨਿੱਕੇ ਪੈਸੇ ਦੀ ਗੋਲੀ ਵੀ ਨਹੀਂ ਖਾਧੀ ਇਹਨਾਂ ਕੋਲੋਂ, ਪਰ ਅੱਜ ਤੋਂ ਅਸੀਂ ਮੀਡੀਆ ਰਾਹੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਇਸ ਮੋਰਚੇ ਉੱਤੇ ਇਹਨਾਂ ਦੇ ਸ਼੍ਰੀਮਾਨ ਡਾਕਟਰ ਮੋਦੇ ਨਾ ਪਹੁੰਚਣ,
ਅਸੀਂ ਇਹਨਾਂ ਦਾ ਕੋਈ ਚੈੱਕਅਪ ਨਹੀਂ ਲੈਣਾ, ਸਾਨੂੰ ਸਰਕਾਰ ਦੇ ਤਰਸ ਦੀ ਲੋੜ ਨਹੀਂ। ਜੇ ਇਹਨਾਂ ਨੇ ਤਰਸ ਕਰਨਾ ਵਾ ਤਾਂ ਗੁਰੂ ਨਾਨਕ ਸਾਹਿਬ ਦੀ ਧਰਤੀ ਦੇ ਉੱਤੇ ਕਰਨ, ਜਿਹਦੇ ਨਾਲ ਇਹਨਾਂ ਨੇ ਧੋਖਾ ਕੀਤਾ ਵਾ। ਉਹ ਜਿਹੜੀ ਸਾਡੀ ਮੰਗ ਵਾ ਉਹਨੂੰ ਪੂਰੇ ਕਰਨ, ਡਾਕਟਰ ਦੇ ਚੈੱਕਅਪ ਦੀ ਸਾਨੂੰ ਲੋੜ ਨਹੀਂ, ਅੱਜ ਤੋਂ ਡਾਕਟਰ ਦਾ ਚੈੱਕਅਪ ਵੀ ਬੰਦ ਹੈ। ਸੋ ਇਹ ਸਾਡੀ ਬੇਨਤੀ ਹੈ ਅਤੇ ਸਿੱਖ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਕ ਗੁਰੂ ਕਾ ਸਿੱਖ ਇਹ ਕੋਈ ਸਿਆਸੀ ਸਗੂਫਾ ਛੱਡਣ ਵਾਸਤੇ ਨਹੀਂ ਬੈਠਾ, ਇਹ ਗੁਰੂ ਨਾਨਕ ਸਾਹਿਬ ਦੀਆਂ ਪਵਿੱਤਰ ਧਰਤੀ ਦੇ ਉੱਤੇ ਜੋ ਗੰਦਗੀ ਬੀੜਾ ਤੰਬਾਕੂ ਸਿਗਰਟ ਆਦਿ ਵਿਕ ਰਹੇ ਆ ਸ਼ਰਾਬ, ਉਹਨੂੰ ਇੱਥੋਂ ਬਾਹਰ ਕੱਢਣ ਵਾਸਤੇ ਬੈਠਾ ਹੋਇਆ ਅਤੇ ਇਹ ਪ੍ਰਾਣਾਂ ਦੀ ਬਾਜ਼ੀ ਲਾਉਣ ਵਾਸਤੇ ਤਿਆਰ ਆ। ਅਤੇ ਆਓ ਇਸ ਗੁਰਸਿੱਖ ਦਾ ਸਾਰੇ ਜਣੇ ਸਾਥ ਦੇਈਏ ਅਤੇ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਤੇ ਸਸਤੇ ਵਿੱਚ ਨਾ ਲੈ ਲੈਣ ਕਿ ਅਸੀਂ ਚੁੱਕ ਕੇ ਲੈ ਜਾਵਾਂਗੇ ਜਾਂ ਅਸੀਂ ਕੋਈ ਇਹਨਾਂ ਨੂੰ ਹਟਾ ਲਾਂਗੇ। ਅਸੀਂ ਪੂਰੀ ਤਰ੍ਹਾਂ ਮੈਂਟਲੀ ਪ੍ਰਪੇਅਰ ਹਾਂ, ਨਾ ਸਾਨੂੰ ਜੇਲ੍ਹਾਂ ਦਾ ਨਾ ਡਾਂਗਾਂ ਦਾ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ, ਭੈ ਨਹੀਂ। ਲਖਵੀਰ ਸਿੰਘ ਦੇ ਜਾਣ ਤੋਂ ਬਾਅਦ ਜੇ ਇਹ ਸਰਕਾਰਾਂ ਨਹੀਂ ਮੰਨਦੀਆਂ, ਜੇ ਲਖਵੀਰ ਸਿੰਘ ਚੱਲਿਆ ਜਾਂਦਾ, ਕਈ ਲਖਵੀਰ ਸਿੰਘ ਵੀ ਬਹਿਣਗੇ ਅਤੇ ਸਰਕਾਰ ਦੇ ਨੱਕ ਵਿੱਚ ਦਮ ਵੀ ਕਰਨਾ ਸਾਨੂੰ ਆਉਂਦਾ ਹੈ। ਅੱਜ ਅਸੀਂ ਸ਼ਾਂਤਮਈ ਬੈਠੇ ਹੋਏ ਹਾਂ, ਸਾਡਾ ਮੋਰਚਾ ਸ਼ਾਂਤਮਈ ਆ, ਪਰ ਜੇ ਸਾਡੇ ਵੀਰ ਦੀ ਸਿਹਤ ਨੂੰ ਕੋਈ ਨੁਕਸਾਨ ਹੁੰਦਾ ਜਾਂ ਕਿਸੇ ਤਰ੍ਹਾਂ ਦਾ ਇਹ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਵਾ ਸਰਕਾਰਾਂ, ਢਿੱਲਾ ਮੱਠਾ ਰਸਤਾ ਨਾ ਛੱਡਿਆ, ਅਤੇ ਫਿਰ ਇਹ ਜਿਹੜੀ ਸਿੱਖ ਸੰਗਤ ਦਾ ਹੜ੍ਹ ਵਾ, ਸ਼ਾਂਤੀ ਰੂਪ ਵੀ ਹੜ੍ਹ ਨਹੀਂ, ਇਹਨਾਂ ਕੋਲ ਰੋਕਿਆ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।